ਬੋਲ ਉਦਾਸੀਨ ਆਚਾਰੀਆ ਸ਼ਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ। ਸੋ ਅੱਜ ਆਪਾਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਕੁਝ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਨੇ। ਸੋ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਕੌਣ ਨੇ ਸਾਨੂੰ ਪਹਿਲਾਂ ਜਾਣਨਾ ਪੈਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਨੇਕਾਂ ਵਰ ਦੇ ਕੇ ਨਿਵਾਜਿਆ। ਇੱਥੇ ਤੱਕ ਵੀ ਕਿਹਾ ਕਿ ਤੁਹਾਡੇ ਘਰ ਦੇ ਕੁੱਤਿਆਂ ਦੇ ਵਿੱਚ ਵੀ ਕਰਾਮਾਤਾਂ ਹੋਇਆ ਕਰਨਗੀਆਂ। ਉਹ ਐਡੀ ਵੱਡੀ ਤਪਸਵੀ ਰੂਹ, ਭਜਨ ਬੰਦਗੀ ਕਰਨ ਵਾਲੀ ਰੂਹ, ਉਹ ਵੱਡੇ ਮਹਾਂ ਤਪਸਵੀ ਸਾਧੂ ਸੰਤ ਮਹਾਤਮਾ, ਉਹਨਾਂ ਬਾਰੇ ਅੱਜ ਬਹੁਤ ਲੋਕ ਅਪਸ਼ਬਦ ਬੋਲਦੇ ਆ ਜਿਹੜੇ ਉਹਨਾਂ ਦੇ ਜੀਵਨ ਤੋਂ ਅਣਜਾਣ ਨੇ। ਜੇ ਅਸੀਂ ਉਹਨਾਂ ਦੇ ਜੀਵਨ 'ਤੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਰੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਤਤ ਵਿਚਾਰ ਜੈ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ। ਭਾਈ ਗੁਰਦਾਸ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੜੀ ਵੱਡੀ ਵਡਿਆਈ ਦਿੰਦੇ ਆ। ਉਹ ਆਪ ਰੱਬ ਇਸ ਧਰਤੀ ਦੇ ਉੱਤੇ ਇਸ ਲੋਕਾਈ ਨੂੰ ਤਾਰਨ ਵਾਸਤੇ ਆਏ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਵਰ ਦੇ ਦਿੱਤਾ ਕਿ ਦੋਤਾ ਬਾਣੀ ਕਾ ਬੋਤਾ। ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਬਾਰਠ ਦੀ ਧਰਤੀ ਦੇ ਉੱਤੇ ਆਉਂਦੇ ਹੈ, ਇਤਿਹਾਸ ਦੇ ਵਿੱਚ ਤਰੀਕ ਲਿਖੀ ਹੈ ਵੀ 1655 ਈਸਵੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਮਿਲਣ ਵਾਸਤੇ, ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ, ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਬਾਠ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਹੈ। ਇਤਿਹਾਸ ਵਿੱਚ ਲਿਖਦੇ ਹੈ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਬਾਠ ਦੀ ਧਰਤੀ 'ਤੇ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਮਿਲਣ ਵਾਸਤੇ ਆਉਂਦੇ ਹੈ, ਉਸ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਉਮਰ ਹੈ ਉਹ ਤਕਰੀਬਨ 45 ਸਾਲ ਲਿਖੀ ਹੈ, ਅਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੀ ਜਿਹੜੀ ਉਮਰ ਹੈ ਉਸ ਸਮੇਂ 104 ਸਾਲ ਦੀ ਹੈ। ਉਮਰ ਦੇ ਵਿੱਚ ਵੀ ਬੜੇ ਵੱਡੇ ਨੇ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨਾਲੋਂ, ਅਤੇ ਗੁਰੂ ਪੁੱਤਰ ਨੇ। ਸੋ ਬਹੁਤ ਵੱਡੇ ਤਪਸਵੀ ਨੇ, ਬਾਲ ਜਤੀ ਨੇ। ਉਸ ਮਹਾਨ ਤਪਸਵੀ ਨੂੰ ਨਮਸਕਾਰ ਕਰਨ ਵਾਸਤੇ, ਉਹਨਾਂ ਨੂੰ ਮਿਲਣ ਵਾਸਤੇ ਗੁਰੂ ਜੀ ਅਰਜਨ ਸਾਹਿਬ ਮਹਾਰਾਜ ਆਏ ਹੈ, ਅਤੇ ਬਾਬਾ ਜੀ ਇਤਿਹਾਸ ਵਿੱਚ ਲਿਖਦੇ ਆ ਵੀ ਸਮਾਧੀ ਵਿੱਚ ਨੇ। ਉਹਨਾਂ ਦੀ ਸਮਾਧੀ ਖੁੱਲ੍ਹਣ ਦਾ ਕੋਈ ਸਮਾਂ ਨਹੀਂ ਕਿ ਕਿੰਨੇ ਸਮੇਂ 'ਚ ਸਮਾਧੀ ਖੁੱਲ੍ਹ ਜੇ, ਕਈ ਕਈ ਸਾਲ ਵੀ ਲੱਗ ਜਾਂਦੇ ਆ, ਕਈ ਕਈ ਮਹੀਨੇ ਵੀ ਲੱਗ ਜਾਂਦੇ ਆ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਏ ਸਨ ਪਰਿਵਾਰ, ਅਤੇ ਸਾਹਿਬ ਜੀ ਕਹਿੰਦੇ ਆ ਅਸੀਂ ਇੰਤਜ਼ਾਰ ਕਰਾਂਗੇ ਗੁਰੂ ਸਪੁੱਤਰ ਦੀ ਸਮਾਧੀ ਖੁੱਲ੍ਹਣ ਦਾ, ਕਾਹਲੀ ਨਹੀਂ ਕੀਤੀ। ਭਾਵੇਂ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨੇ, ਸਿੱਖਾਂ ਦੇ 5ਵੇਂ ਗੁਰੂ ਨੇ, ਬੜੀ ਵੱਡੀ ਪਾਵਰ ਦੇ ਮਾਲਕ ਨੇ। ਅਤੇ ਇੱਥੋਂ ਤੱਕ ਵੀ ਭਾਈ ਗੁਰਦਾਸ ਜੀ ਲਿਖਦੇ ਆ ਵੀ ਰਿੱਧੀਆਂ ਸਿੱਧੀਆਂ
ਸਾਰੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖੱਬੇ ਸੱਜੇ ਚੱਲਦੀਆਂ ਸੀ ਵੀ ਜਿੱਥੇ ਵੀ ਭਜਨ ਕਰੋ ਅਸੀਂ ਤਿਆਰ ਹਾਂ। ਉਹ ਸਤਿਗੁਰੂ ਜੀ ਗੁਰੂ ਸਪੁੱਤਰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੀ ਸਮਾਧੀ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਅਤੇ ਇਤਿਹਾਸ ਵਿੱਚ ਇੱਥੋਂ ਤੱਕ ਲਿਖਿਆ ਹੈ ਵੀ ਤਕਰੀਬਨ 5 ਮਹੀਨੇ ਦਾ ਸਮਾਂ ਲੰਘ ਗਿਆ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੇ ਸਮਾਧੀ ਹੀ ਨਹੀਂ ਖੋਲ੍ਹੀ। ਅਤੇ ਉਸ ਜਗ੍ਹਾ ਦੇ ਉੱਤੇ ਇੱਕ ਥੰਮ ਹੈ ਜਿਹਨੂੰ ਅੱਜ ਅਸੀਂ ਗੁਰਦੁਆਰਾ ਥੰਮ ਸਾਹਿਬ ਕਹਿੰਦੇ ਹਾਂ, ਬਾਠ ਸਾਹਿਬ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਹੈ। ਸੋ ਉਸ ਥੰਮ ਦੇ ਨਾਲ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਗਾਤਾਰ ਇਤਿਹਾਸ ਵਿੱਚ ਲਿਖਿਆ ਹੈ ਵੀ 5 ਮਹੀਨੇ ਲਗਾਤਾਰ ਹਰ ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਨੂੰ ਰਹਿਰਾਸ ਸਾਹਿਬ ਦੇ ਸਮਾਪਤੀ, ਕੀਰਤਨ ਦੀ ਸਮਾਪਤੀ, ਸੋਹਲਾ ਸਾਹਿਬ ਦੀ ਸਮਾਪਤੀ ਕਰਨ ਤੋਂ ਬਾਅਦ ਆਪਣੇ ਵਿਸ਼ਰਾਮ ਅਸਥਾਨ 'ਤੇ ਚਲੇ ਜਾਂਦੇ ਆ, ਜੋ ਥੋੜ੍ਹਾ ਜਿਹਾ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਪੰਚਮ ਪਾਤਸ਼ਾਹ, ਗੁਰਦੁਆਰਾ 6ਵੇਂ ਪਾਤਸ਼ਾਹ, ਦੋ ਗੁਰੂ ਸਾਹਿਬਾਨਾਂ ਦੇ ਪਿਆਰ 'ਚ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿੱਥੇ ਉਹ ਵਿਸ਼ਰਾਮ ਕਰਦੇ ਰਹੇ ਹੈ, ਆਰਾਮ ਕਰਦੇ ਰਹੇ ਹੈ। ਸਾਰਾ ਦਿਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦੇ ਅਸਥਾਨ 'ਤੇ ਸੇਵਾ ਲਗਾਤਾਰ 5 ਮਹੀਨੇ ਸੇਵਾ ਕਰਦੇ ਰਹੇ। ਉਸ ਥੰਮ ਦੇ ਨਾਲ ਢੋ ਲਾ ਕੇ ਗੁਰੂ ਸਾਹਿਬ ਬਾਬਾ ਜੀ ਦੀ ਸਮਾਧੀ ਖੁੱਲ੍ਹਣ ਦੀ ਇੰਤਜ਼ਾਰ ਵੇਟ ਕਰਦੇ ਰਹੇ। ਇਤਿਹਾਸ ਵਿੱਚ ਲਿਖਿਆ ਵੀ ਜਦੋਂ 5 ਮਹੀਨੇ ਹੋਣ ਵਾਲੇ ਸੀ ਅਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਕੋਲ ਅੱਜ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸਾਜ ਲਏ ਅਤੇ ਸ੍ਰੀ ਆਸਾ ਜੀ ਦੀ ਵਾਰ ਜੋ 24 ਛੰਦਾਂ ਦੇ ਨਾਲ ਪਰੋਤੀ ਹੋਈ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਅੱਜ ਬਾਬਾ ਜੀ ਦੇ ਕੋਲ ਆਪ ਕੀਰਤਨ ਕੀਤਾ ਸੰਗਤਾਂ ਨਾਲ ਰਲ ਕੇ। ਇਤਿਹਾਸ ਵਿੱਚ ਇੱਥੋਂ ਤੱਕ ਲਿਖਿਆ ਹੈ ਕਿ ਕਈ ਸ਼ਬਦ ਗਾਇਨ ਕੀਤੇ ਅਤੇ ਲਾਸਟ ਦੇ ਵਿੱਚ ਇੱਕ ਸ਼ਬਦ ਬਾਬਾ ਜੀ ਦੇ ਕੰਨ ਦੇ ਕੋਲ, ਬਾਬਾ ਜੀ ਦੇ ਬਿਲਕੁਲ ਨਜ਼ਦੀਕ ਆ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਪੜ੍ਹਦੇ ਹੈ ਵੀ ਏਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਹਿਬ ਕਹਿੰਦੇ ਹੈ ਕਿ ਭਾਵੇਂ ਦੀ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਿੰਦੀ ਪੁੱਤਰ ਹੋ ਅਤੇ ਅਸੀਂ ਨਾਦੀ ਪੁੱਤਰ ਹਾਂ, ਪਰ ਫਰਕ ਕੋਈ ਨਹੀਂ, ਪਿਤਾ ਸਾਡਾ ਇੱਕ ਹੀ ਹੈ। ਅਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਦੇ ਜਦੋਂ ਕੰਨਾਂ ਦੇ ਵਿੱਚ ਇਹ ਗੁਰਬਾਣੀ ਦੀਆਂ ਪੰਗਤੀਆਂ ਪਈਆਂ, ਆਸਾ ਦੀ ਵਾਰ ਦਾ ਕੀਰਤਨ ਸੁਣਿਆ, ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਕੀਰਤਨ ਕੀਤਾ ਅਤੇ ਉਹਨਾਂ ਦੀ ਸੁਰਤ ਕਹਿੰਦੇ ਹੈ 10ਵੇਂ ਦੁਆਰ ਤੱਕ ਪਹੁੰਚਾ ਦਿੱਤੀ ਅਤੇ ਬਾਬਾ ਜੀ ਦੀ ਅੱਜ ਸਮਾਧੀ ਖੁੱਲ੍ਹੀ। ਬੜਾ ਪਿਆਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਿੱਤਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਚਰਨਾਂ 'ਚ ਆਪਣਾ ਸਿਰ ਨਿਭਾਇਆ, ਨਮਸਕਾਰ ਕੀਤੀ, ਕਿਉਂਕਿ ਗੁਰੂ ਪੁੱਤਰ ਨੇ ਉਮਰ ਦੇ ਵਿੱਚ ਵੀ ਬਹੁਤ ਵੱਡੇ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮਰਿਆਦਾ ਹੈ ਗੁਰੂ ਘਰ ਦੀ, 500 ਮੋਹਰ, ਘੋੜਾ, ਦੁਸਾਲਾ, ਬਸਤਰ ਬਾਬਾ ਸ਼੍ਰੀ ਚੰਦਰ ਜੀ ਨੂੰ ਭੇਟ ਕੀਤੇ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬੜੇ ਖੁਸ਼ ਹੋਏ ਉਹਨਾਂ ਦੀ ਕੀਰਤਨ ਤੋਂ, ਉਹਨਾਂ ਦੀ ਗੁਰਬਾਣੀ ਤੋਂ। ਅਤੇ ਬਾਬਾ ਜੀ ਨੇ, ਬਾਬਾ ਸ਼੍ਰੀ ਚੰਦਰ ਜੀ ਨੇ ਗੁਰੂ ਸਾਹਿਬ ਨੂੰ ਇਹ ਵੀ ਦੱਸਣਾ ਕੀਤਾ
ਕਿ ਗੁਰੂ ਪਿਤਾ ਦੀ ਬਾਣੀ ਦੇ ਨਾਲ ਬੜੀ ਛੇੜਛਾਨੀ ਕੀਤੀ ਜਾ ਰਹੀ ਹੈ। ਆਪਣੀ ਬਾਣੀ ਰਚ ਕੇ ਪ੍ਰਿਥਵੀ ਹੈ ਜਿਹੜਾ ਉਹ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲਿਖਦਾ ਹੈ, ਉਹ ਬੜੀ ਗਲਤ ਲੋਕ ਸੰਗਤ ਦੇ ਵਿੱਚ ਪ੍ਰਚਾਈ ਜਾ ਰਹੀ ਹੈ। ਸੋ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਰੀ ਗੁਰਬਾਣੀ ਇਕੱਤਰ ਕਰਨ ਵਾਸਤੇ ਅਸੀਂ ਗ੍ਰੰਥ ਤਿਆਰ ਕਰਨਾ ਜੋ ਸੰਗਤਾਂ ਦੇ ਵਿੱਚ ਰੱਖਣਾ। ਬਾਬਾ ਜੀ ਬੜੇ ਖੁਸ਼ ਹੋਏ ਅਤੇ ਬਾਬਾ ਜੀ ਤੋਂ ਪੋਥੀਆਂ ਮੰਗੀਆਂ, ਬਾਬਾ ਮੋਹਨ ਜੀ ਵਾਲੀਆਂ ਅਤੇ ਬਾਬਾ ਧਰਮਚੰਦ ਜੀ ਨੂੰ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਸਾਰੀਆਂ ਗੁਰੂ ਪਿਤਾ ਦੇ ਗੁਰਬਾਣੀ ਦੀਆਂ ਪੋਥੀਆਂ ਨੇ ਜਿਹੜੀਆਂ ਉਹ ਗੁਰੂ ਸਾਹਿਬ ਨੂੰ ਦਿੱਤੀਆਂ ਜਾਣ, ਉਹ ਇਹਨਾਂ ਨੂੰ ਪਹੁੰਚਾਈਆਂ ਜਾਣ। ਸੋ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਇੱਥੇ ਹੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਮ ਦਾ ਸਮਾਂ ਹੋਇਆ ਅਤੇ ਸੁਖਮਣੀ ਸਾਹਿਬ ਦੀ ਬਾਣੀ 6 ਅਸ਼ਟਪਦੀਆਂ ਨੇ ਜਿਹੜੀਆਂ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਉਚਾਰਨ ਕੀਤੀਆਂ ਨੇ ਅਤੇ ਜਿਹੜੀ 17ਵੀਂ ਅਸ਼ਟਪਦੀ ਹੈ, ਜਿਹੜਾ 17ਵਾਂ ਸਲੋਕ ਹੈ, ਉਹ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਅਸਥਾਨ ਬਾਰਠ ਸਾਹਿਬ ਦੇ ਵਿੱਚ, ਫਿਰ ਇਹ ਸੁਖਮਣੀ ਸਾਹਿਬ ਸਾਰੀ 24 ਅਸ਼ਟਪਦੀਆਂ ਤੱਕ ਹੈ ਜਿਹੜਾ ਇਹ ਉਚਾਰਨ ਕੀਤਾ, ਕਿਉਂਕਿ ਸਾਡੇ ਬਾਬਾ ਜੀ ਨੂੰ ਪਤਾ ਨਹੀਂ ਪਹਿਲੇ ਦਿਨ ਤੋਂ ਬੜਾ 24 ਸ਼ਬਦ ਦੇ ਨਾਲ ਬੜਾ ਪਿਆਰ ਸੀ। ਬਾਬਾ ਜੀ ਨੇ ਆਖਿਆ ਜਿੱਥੇ ਤੁਸੀਂ 24,000 ਸਵਾਸ ਨੇ ਜਿਹੜੇ ਉਹ ਅਸੀਂ ਇੱਕ ਦਿਨ ਦੇ ਵਿੱਚ ਲੈਂਦੇ ਹਾਂ, ਉਹਨਾਂ ਨੂੰ ਸਫਲ ਕਰਨ ਵਾਸਤੇ ਇਹ ਗੁਰਬਾਣੀ ਬੜੀ ਸੁਖਾਲੀ ਹੈ ਅਤੇ ਇਹਨੂੰ ਵੀ 24,000 ਸਵਾਸ ਨੂੰ ਸਫਲ ਕਰਨ ਵਾਸਤੇ 24 ਸਲੋਕ ਅਸ਼ਟਪਦੀਆਂ ਤੁਸੀਂ ਉਚਾਰਨ ਕਰੋ। ਅਤੇ ਇੱਥੇ ਇਤਿਹਾਸ ਦੇ ਵਿੱਚ ਲਿਖਿਆ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਵੀ ਤੁਸੀਂ ਗੁਰੂ ਪੁੱਤਰ ਹੋ, ਬਹੁਤ ਸਤਿਕਾਰਯੋਗ ਹੋ ਅਤੇ ਤੁਹਾਨੂੰ ਗੁਰੂ ਪਿਤਾ ਦਾ ਬੜਾ ਵੱਡਾ ਆਸ਼ੀਰਵਾਦ ਮਿਥਾਪੜਾ ਮਿਲਿਆ ਹੋਇਆ ਅਤੇ ਤੁਸੀਂ ਕਿਰਪਾ ਕਰੋ, ਹੁਣ ਇਸ ਬਾਣੀ ਨੂੰ ਅੱਗੇ ਤੋਰਨ ਦੀ ਤੁਸੀਂ ਕਿਰਪਾ ਕਰੋ, ਕੋਈ ਸ਼ਬਦ ਉਚਾਰੋ। ਬਾਬਾ ਜੀ ਨੇ ਇੱਥੇ ਲਿਖਿਆ ਹੈ ਕਿ ਅਸੀਂ ਗੁਰਬਾਣੀ ਦੀ ਉਚਾਰਨ ਦੀ ਡਿਊਟੀ ਸਾਡੀ ਨਹੀਂ ਲੱਗੀ, ਇਹ ਗੁਰਬਾਣੀ ਉਚਾਰਨ ਦੀ ਡਿਊਟੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਤੁਹਾਡੀ ਲੱਗੀ ਹੈ। ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜਾ ਜ਼ੋਰ ਪਾਉਣ 'ਤੇ ਬਾਬਾ ਜੀ ਨੇ ਆਖਿਆ ਅਸੀਂ ਗੁਰੂ ਪਿਤਾ ਜਾਂ ਗੁਰੂਆਂ ਦੀ ਬਰਾਬਰੀ ਨਹੀਂ ਕਰਨੀ, ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਜੋ ਸਲੋਕ ਹੈ ਉਹ ਉਚਾਰਨ ਕਰ ਦਿੱਤਾ। ਸਤਿਗੁਰੂ ਜੀ ਸਾਹਿਬ ਦੀ ਗੁਰਬਾਣੀ ਦਾ ਜੋ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਜਿੱਥੇ ਬਿਹਾਰੀ ਸੀ ਉਸ ਨੂੰ ਸਿਹਾਰੀ ਕਰ ਦਿੱਤਾ, ਪਰ ਅਰਥਾਂ ਨਾਲ ਕੋਈ ਛੇੜਖਾਨੀ ਨਹੀਂ ਹੋਈ। ਅਰਥ ਸਿਹਾਰੀ ਨਾਲ ਵੀ ਉਹੀ ਨੇ, ਬਿਹਾਰੀ ਨਾਲ ਵੀ ਉਹੀ ਨੇ। ਗੁਰੂ ਸਾਹਿਬ ਦੀ ਐਡੀ ਵੱਡੀ ਪਿਆਰ ਅਤੇ ਸਤਿਕਾਰ ਨੂੰ ਵੇਖਦਿਆਂ ਹੋਇਆਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੜੇ ਵਰ ਦਿੱਤੇ, ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਬੜਾ ਪਿਆਰ ਦਿੱਤਾ। ਦੁਬਾਰਾ ਫਿਰ ਇਤਿਹਾਸ ਦੇ ਵਿੱਚ ਲਿਖਦੇ ਆ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖਾਂ ਦਾ ਤਰਨ ਤਾਰਨ ਜੋ ਗੁਰਦੁਆਰਾ ਸਾਹਿਬ ਹੈ ਇਸ ਨੂੰ ਤਿਆਰ ਕੀਤਾ, ਇਹਦਾ ਸਰੋਵਰ ਸਾਰੇ ਅਸਥਾਨਾਂ ਨਾਲੋਂ ਵੱਡਾ ਸਰੋਵਰ ਹੈ, ਜੇ ਸਿੱਖ ਪੰਥ ਦਾ ਸਭ ਤੋਂ ਵੱਡਾ ਸਰੋਵਰਾਂ ਦੇ ਵਿੱਚ ਗਿਣਤੀ ਹੈ ਅਤੇ ਪਹਿਲੇ ਨੰਬਰ 'ਤੇ ਤਰਨ ਤਾਰਨ ਸਰੋਵਰ ਹੈ ਜਿਹੜਾ, ਉਹਦੀ ਰਚਨਾ ਉਹਦੀ ਤਿਆਰੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰ ਲਈ ਅਤੇ ਉਹਦੇ ਵਿੱਚ ਜਲ ਪਾਉਂਦੇ ਸੀ, ਜਲ ਟਿਕਦਾ ਨਹੀਂ ਸੀ,
ਤੇ ਇਤਿਹਾਸ ਵਿੱਚ ਲਿਖਿਆ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ 62 ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਆ ਕੇ ਮਿਲੇ, ਨਮਸਕਾਰ ਕੀਤੀ, ਬੜਾ ਪਿਆਰ ਸਤਿਕਾਰ ਲਿਆ ਤੇ ਬਾਬਾ ਜੀ ਨੂੰ ਆਖਿਆ, ਬਾਬਾ ਜੀ ਸਰੋਵਰ ਤਿਆਰ ਕੀਤਾ ਪਰ ਜਲ ਹੈ ਜਿਹੜਾ ਉਹ ਨਹੀਂ ਟਿਕਦਾ। ਤੇ ਇਤਿਹਾਸ ਵਿੱਚ ਲਿਖਦੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਫਰਜੰਦ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਜੋ ਬੌਲੀ ਆਪਣੇ ਹੱਥੀ 62 ਦੀ ਧਰਤੀ ਤੇ ਲਾਈ ਸੀ ਉਹਦੇ ਵਿੱਚੋਂ ਇੱਕ ਗਾਗਰ ਜਲਦੀ ਤੇ ਇੱਕ ਚੁਟਕੀ ਆਪਣੇ ਧੂਣੇ ਦੀ ਵਿਭੂਤੀ ਦੀ ਦਿੱਤੀ ਕਿ ਜਾ ਕੇ ਇਹਨੂੰ ਸਰੋਵਰ ਦੇ ਵਿੱਚ ਪਾਓ, ਜਲ ਟਿਕ ਜਾਏਗਾ, ਕਰਤਾਰ ਸਤਿਗੁਰੂ ਦੀ ਕਿਰਪਾ ਵਰਤੇਗੀ। ਇਤਿਹਾਸ ਵਿੱਚ ਲਿਖਿਆ ਵੀ ਉਦੋਂ ਬਾਅਦ ਜਲ ਹੈ ਜਿਹੜਾ ਕਦੇ ਵੀ ਸੁੱਕਿਆ ਨਹੀਂ, ਉਹਦੇ ਵਿੱਚ ਜਲ ਟਿਕ ਗਿਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਦਾ 6 ਪਾਤਸ਼ਾਹੀਆਂ ਤੱਕ ਰਹੇ ਹੈ। ਸਿੱਖ ਪੰਥ ਦੇ ਵਿੱਚ ਜੇ ਸਭ ਤੋਂ ਵੱਡੀ ਉਮਰ ਕਿਸੇ ਦੀ ਹੋਈ ਹੈ ਤੇ ਉਹ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਦੀ ਹੋਈ ਹੈ। 151 ਸਾਲ ਦੀ ਉਮਰ ਭੋਗੀ ਹੈ ਉਹਨਾਂ ਨੇ, 6 ਪਾਤਸ਼ਾਹੀਆਂ ਤੱਕ ਰਹੇ ਹੈ। 6 ਪਾਤਸ਼ਾਹੀਆਂ ਵੱਲੋਂ ਗੁਰੂ ਸਪੁੱਤਰ ਦਾ ਵੱਧ ਤੋਂ ਵੱਧ ਸਤਿਕਾਰ ਪਿਆਰ ਕੀਤਾ ਗਿਆ। 6 ਪਾਤਸ਼ਾਹੀਆਂ ਤੱਕ ਹੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਘਰਾਂ ਦੇ ਨਾਲ ਸੰਬੰਧ ਰੱਖਿਆ, ਗੁਰੂ ਘਰ ਦਾ ਪ੍ਰਚਾਰ ਕੀਤਾ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਉਹਨਾਂ ਉਹਨਾਂ ਅਸਥਾਨਾਂ 'ਤੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਜਾ ਕੇ ਉੱਥੇ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਉਹਨਾਂ ਨੂੰ ਦੂਰ ਕੀਤਾ। ਸੋ ਅੱਜ ਬਾਬਾ ਸ਼੍ਰੀ ਚੰਦਰ ਮਹਾਰਾਜ ਨੂੰ ਅਤੇ ਗੁਰੂ ਘਰ ਨੂੰ ਅਲੱਗ ਅਲੱਗ ਇਹਨਾਂ ਨੂੰ ਕੀਤਾ ਜਾ ਰਿਹਾ, ਪਰ ਗੁਰੂ ਸਾਹਿਬ ਮਹਾਰਾਜ ਦਾ ਐਡਾ ਪਿਆਰ ਰਿਹਾ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨਾਲ। ਉਦਾਸੀ ਪੰਥ ਵੱਲੋਂ ਬੜਾ ਵੱਡਾ ਜਿਹੜੀ ਸੇਵਾ ਇਹ ਗੁਰੂ ਘਰਾਂ ਦੀ ਕੀਤੀ ਗਈ ਹੈ। ਜੇ ਤੁਸੀਂ ਇਤਿਹਾਸ ਪੜ੍ਹੋ, ਮਿਥਿਹਾਸ ਆਪਣੇ ਕੋਲੋਂ ਬਣਾ ਬਣਾ ਕੇ ਜਿਹੜੇ ਗੱਲਾਂ ਛੱਡਦੇ ਹੈ ਉਹਨਾਂ ਨੂੰ ਜ਼ਰੂਰ ਪੁੱਛ ਲਿਆ ਕਰੋ ਕਿ ਇਹ ਲਿਖਿਆ ਕਿੱਥੇ ਹੈ। ਸੋ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦਾ ਗੁਰੂ ਘਰਾਂ ਦੇ ਨਾਲ ਜਿੰਨਾ ਚ ਇੱਕ ਜ਼ਿੰਦਗੀ 'ਚ ਰਹੇ ਹੈ ਉਹਨਾਂ 'ਚ ਇੱਕ ਗੂੜਾ ਸੰਬੰਧ, ਗੂੜਾ ਪਿਆਰ ਰਿਹਾ, ਮਿਲਵਰਤਨ ਰਿਹਾ। ਗੁਰੂ ਘਰ ਦਾ ਪ੍ਰਚਾਰ ਸਾਰੀ ਜ਼ਿੰਦਗੀ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਕੀਤਾ। ਸੋ ਇਹ ਸੀਗਾ ਗੁਰੂ ਸਪੁੱਤਰ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਸ ਦੇ ਵਿੱਚ ਜੋ ਵਿਚਾਰ ਮਿਲਾਪ ਹੋਇਆ। ਸੋ ਹੋਰ ਵੀ ਬੜੀਆਂ ਸਾਖੀਆਂ ਨੇ, ਆਪਾਂ ਜਿਵੇਂ ਜਿਵੇਂ ਸਮਾਂ ਆਏਗਾ ਸੰਗਤਾਂ ਦੇ ਅੱਗੇ ਇਸੇ ਤਰ੍ਹਾਂ ਹੀ ਰੱਖਦੇ ਜਾਵਾਂਗੇ। ਕੋਈ ਗਲਤੀ ਹੋ ਗਈ ਹੋਵੇ, ਕੋਈ ਭੁੱਲ ਸ਼ਬਦ ਗਲਤ ਬੋਲਿਆ ਗਿਆ ਹੋਵੇ, ਉਹਦਾ ਸਾਰੇ ਸੰਤਾਂ ਤੋਂ ਸਾਰੀ ਸੰਗਤ ਤੋਂ ਅਸੀਂ ਖਿਮਾ ਦੇ ਜਾਚਕਾਂ। ਸੋ ਇਹ ਇਤਿਹਾਸ ਸਾਡੇ ਗੁਰੂ ਦੇਵ ਮਹਾਰਾਜ ਮਹੰਤ ਸ਼੍ਰੀ ਤਿਲਕ ਦਾਸ ਜੀ ਉਦਾਸੀਨ ਆਸ਼ਰਮ ਨਾਨਕ ਚੱਕ ਤਪ ਅਸਥਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਉਹਨਾਂ ਵੱਲੋਂ ਉਹਨਾਂ ਦੇ ਪਿਆਰ ਸਦਕਾ ਉਹਨਾਂ ਦੇ ਦਿੱਤੇ ਉਦਮ ਸਦਕਾ ਆਪ ਜੀ ਦੇ ਸਾਹਮਣੇ ਰੱਖਿਆ। ਆਪ ਸਭ ਦੇ ਚਰਨਾਂ 'ਚ ਕੋਟੀ ਕੋਟੀ ਵੰਦਨਾ, ਨਮਸਕਾਰ, ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ।